ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਸਾਰੇ ਆਂਦਾ ਬਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ 10ਵੀਂ ਅਤੇ 12ਵੀਂ ਕਲਾਸ ਵਾਲਿਆਂ ਦੇ ਸਬੰਧਿਤ ਰੈਗੂਲਰ ਅਪਡੇਟ ਲੈ ਕੇ ਆਉਂਦੇ ਰਹਨੇ ਆ ਤੇ ਦੋਸਤੋ ਹਜੇ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਕੈਬਨਿਟ ਦੀ ਮੀਟਿੰਗ ਆ ਜੋ ਕਿ 2 ਵਜੇ ਤੋਂ ਸਟਾਰਟ ਹੋਊਗੀ ਠੀਕ ਹੈ ਜੀ ਤੇ ਇਹ ਜਿਹੜੀ ਤੁਹਾਡੀ ਮੀਟਿੰਗ ਸੀਗੀ ਦੋਸਤੋ ਇਹ ਪੋਸਟਪੋਨ ਹੋ ਚੁੱਕੀ ਆ ਠੀਕ ਹੈ ਜੀ ਯਾਨੀ ਕਿ ਦੋਸਤੋ ਹੁਣ ਇਹ ਜਿਹੜੀ ਮੀਟਿੰਗ ਆ ਉਹ 11 ਮਈ ਨੂੰ ਹੋਵੇਗੀ ਯਾਨੀ ਕਿ ਦੋਸਤੋ ਜਿਹੜੀ ਮੀਟਿੰਗ ਅੱਜ 2 ਵਜੇ 9 ਮਈ ਨੂੰ ਹੋਣ ਵਾਲੀ ਸੀਗੀ ਠੀਕ ਹੈ ਜੀ ਉਹ ਪੋਸਟਪੋਨ ਹੋ ਚੁੱਕੀ ਆ ਤੇ ਇਸ ਵਿੱਚ ਇਹ ਸੀਗਾ ਕਿ ਤੁਹਾਡੇ ਜਿਹੜੇ 12ਵੇਂ ਦੇ ਪੇਪਰ ਨੇ ਠੀਕ ਹੈ ਜੀ ਉਸ ਤੇ ਹਜੇ ਕੋਈ ਵੀ ਡਿਸੀਜਨ ਨਹੀਂ ਲਿਆ ਗਿਆ ਸੀ ਕਿ ਪੇਪਰ ਹੋਣਗੇ ਕਿ ਨਹੀਂ ਹੋਣਗੇ ਠੀਕ ਹੈ ਜੀ ਇਸ ਬਾਰੇ ਹਜੇ ਕੋਈ ਡਿਸੀਜਨ ਨਹੀਂ ਲਿਆ ਗਿਆ ਸੀਗਾ ਜੀ ਠੀਕ ਹੈ ਜੀ ਕੱਲ ਜਿਹੜਾ ਕੈਪਟਨ ਸਾਹਿਬ ਜੀ ਨੇ ਆਪਣਾ ਟਵੀਟ ਕੀਤਾ ਸੀ ਉਹਦੇ ਵਿੱਚ 10ਵੀਂ ਦੇ ਬਾਰੇ ਹੀ ਦੱਸਿਆ ਸੀਗਾ ਤੇ 5ਵੀਂ ਤੇ 8ਵੀਂ ਬਾਰੇ ਠੀਕ ਹੈ ਜੀ ਤੇ ਹਜੇ 12ਵੀਂ ਤੇ ਕੋਈ ਫੈਸਲਾ ਨਹੀਂ ਆਇਆ ਸੀਗਾ ਤੇ ਅੱਜ ਜਿਹੜੀ ਕੈਬਨਿਟ ਮੀਟਿੰਗ ਸੀਗੀ ਉਹ ਹੋ ਗਈ ਆ ਪੋਸਟਪੋਨ 11 ਮਈ ਨੂੰ ਹੀ ਪਤਾ ਲੱਗੂਗਾ ਤੇ ਬਾਕੀ ਦੋਸਤੋ ਦੇਖੋ ਜਿਹੜਾ ਤੁਹਾਡਾ 12ਵੀਂ ਵਾਲਿਆਂ ਦਾ ਪੇਪਰ ਆ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇੰਡੀਆ ਗਵਰਨਮੈਂਟ ਦੇ ਇਸ ਆਪ ਦੇ ਨਾਲ ਜਿਹੜਾ ਸੈਂਟਰ ਗਵਰਨਮੈਂਟ ਹੈ ਜੀ ਉਸ ਦੇ ਅਕੋਰਡਿੰਗ ਹੀ ਆਪਾਂ ਚੱਲਾਂਗੇ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੀਬੀਐਸਸੀ ਬੋਰਡ ਜੋ ਕਿ ਸੈਂਟਰ ਦੇ ਅੰਦਰ ਆ ਜਾਂਦਾ ਤਾਂ ਉਹਨਾਂ ਨੇ ਕੱਲ ਫੈਸਲਾ ਇਹ ਲੈਤਾ ਸੀ ਕਿ ਜਿਹੜੇ 12ਵੀਂ ਵਾਲਿਆਂ ਦੇ ਇਗਜ਼ਾਮ ਸਾਡੇ ਹੋਣਗੇ ਠੀਕ ਹੈ ਜੀ 12ਵੀਂ ਵਾਲਿਆਂ ਦੇ ਇਗਜ਼ਾਮ ਲੈਣਗੇ ਉਹਨਾਂ ਨੇ ਡੇਟ ਵੀ ਦੱਸਤੀ ਸੀ ਕਿ 1 ਜੁਲਾਈ ਤੋਂ ਸਟਾਰਟ ਹੋਣਗੇ ਪੇਪਰ ਠੀਕ ਹੈ ਜੀ CBSE ਵਾਲਿਆਂ ਤੇ ਤੇ ਬਾਕੀ ਦੋਸਤੋ ਹੋ ਸਕਦਾ ਕਿ ਜਿਹੜਾ ਆਪਣਾ ਪੰਜਾਬ ਗਵਰਨਮੈਂਟ ਆ ਉਹ ਵੀ ਇਹੀ ਡਿਸੀਜਨ ਲਵੇ ਕਿ ਸਾਡੇ ਵੀ ਪੇਪਰ ਅਸੀਂ 1 ਜੁਲਾਈ ਦੇ ਵਿੱਚ ਸਟਾਰਟ ਕਰਾਂਗੇ 12ਵੀਂ ਵਾਲਿਆਂ ਦੇ ਇਹ ਇੱਕ ਐਸਟੀਮੇਟ ਆ ਦੋਸਤੋ ਬਾਕੀ ਜਿਆਦਾ ਇੱਧਰ ਉੱਧਰ ਹੋ ਵੀ ਸਕਦਾ 1-2 ਦਿਨ ਬਾਕੀ ਦੋਸਤੋ ਐਸਟੀਮੇਟ ਆਪਾਂ ਇਹੀ ਲਾ ਸਕਦੇ ਹਾਂ ਕਿ ਜੁਲਾਈ ਦੇ ਵਿੱਚ ਹੀ ਤੁਹਾਡੇ ਪੇਪਰ ਹੋਣਗੇ ਦੋਸਤੋ ਥੋੜੇ ਕਿ ਦਿਨਾਂ ਦੇ ਵਿੱਚ ਇਸ ਬਾਰੇ ਵੀ ਕੋਈ ਨਾ ਕੋਈ ਅਪਡੇਟ ਨਿਕਲ ਕੇ ਆਊਗੀ ਦਸਵੀਂ ਵਾਲਿਆਂ ਦੇ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਦਸਵੀਂ ਵਾਲਿਆਂ ਨੂੰ ਪ੍ਰੀ ਬੋਰਡ ਦੇ ਅਕੋਰਡਿੰਗ ਪਾਸ ਕੀਤਾ ਗਿਆ ਵਾ ਤੇ ਦੋਸਤੋ ਠੀਕ ਹੈ ਜੀ ਤੇ ਇਸ ਅਕੋਰਡਿੰਗ ਤੁਹਾਨੂੰ ਵੀ ਮਤਲਬ ਅਪਡੇਟ ਦੇਖਣ ਨੂੰ ਮਿਲ ਜਾਏਗੀ 12ਵੀਂ ਵਾਲਿਆਂ ਨੂੰ ਵੀ ਠੀਕ ਹੈ ਜੀ ਉਹਨਾਂ ਦੇ ਪੇਪਰਾਂ ਦੇ ਰਿਕਾਰਡਿੰਗ ਤੇ ਬਾਕੀ ਦੋਸਤੋ ਹਜੇ ਬਹੁਤ ਸਾਰੇ ਕੁਐਸਚਨ ਰਹਿੰਦੇ ਆ ਦਸਵੀਂ ਵਾਲਿਆਂ ਦੇ ਕਿ ਜਿਨ੍ਹਾਂ ਨੇ ਓਪਨ ਬੋਰਡ ਰੱਖੀ ਸੀ ਠੀਕ ਹੈ ਜੀ ਤੇ ਜਿਨ੍ਹਾਂ ਦੀ ਕੰਪਾਰਟਮੈਂਟਸ ਇੰਪਰੂਵਮੈਂਟ ਸੀਗੀ ਤੇ ਮਾਰਕਸ ਕਿਸ ਤਰ੍ਹਾਂ ਦਿਖਾਏ ਜਾਣਗੇ ਡੀਐਮਸੀ ਕਿਸ ਤਰ੍ਹਾਂ ਮਿਲਣਗੇ ਰਿਜ਼ਲਟ ਕਦੋਂ ਆਊਗਾ ਦੋਸਤੋ ਇਹ ਸਾਰੇ ਸਵਾਲ ਦੇ ਜਵਾਬ ਹਜੇ ਪੀਐਸਬੀ ਦਊਗੀ ਠੀਕ ਹੈ ਜੀ ਗਵਰਨਮੈਂਟ ਨਹੀਂ ਦਊਗੀ ਗਵਰਨਮੈਂਟ ਨੂੰ ਹਰ ਵੀ ਬੋਤੇ ਰੇ ਕੰਮ ਹੁੰਦੇ ਨੇ ਇਹ ਜਿਹੜੇ ਉਹਨਾਂ ਦੇ ਮੈਂਬਰ ਹੁੰਦੇ ਨੇ ਠੀਕ ਹੈ ਜੀ ਪੀਐਸਬੀ ਦੇ ਉਹ ਸਾਰਾ ਕੁਝ ਉਹੀ ਡਿਸਾਈਡ ਕਰਕੇ ਆਪਾਂ ਨੂੰ ਦੱਸਣਗੇ ਆਫੀਸ਼ੀਅਲ ਵੈਬਸਾਈਟ ਤੇ ਠੀਕ ਹੈ ਜੀ ਵੇਟ ਕਰੋ ਹਜੇ ਤੇ ਮੈਂ ਇੱਕ ਹੀ ਗੱਲ ਕਹੂੰਗਾ ਸਾਰੇ ਨੂੰ ਵੇਟ ਕਰੋ ਹਜੇ ਕੋਈ ਵੀ ਅਪਡੇਟ ਆਉਗੀ ਠੀਕ ਹੈ ਇਹ ਉਹਦੇ ਵਿੱਚ ਹੀ ਤੁਹਾਨੂੰ ਪਤਾ ਲੱਗੂਗਾ ਜਿਹੜੇ ਕੁਐਸਚਨ ਮੈਂ ਤੁਹਾਨੂੰ ਦੱਸਿਆ ਜਿਹੜੇ ਕਿ ਤੁਹਾਡੇ ਮਨ ਦੇ ਵਿੱਚ ਆ ਰਹੇ ਨੇ ਠੀਕ ਹੈ ਜੀ ਦੋਸਤੋ ਬਸ ਮੈਂ ਤੁਹਾਨੂੰ ਆਹੀ ਦੱਸਣਾ ਸੀਗਾ ਮਿਲਦਾ ਪਗਲੀ ਵੀਡੀਓ ਦੇ ਵਿੱਚ ਠੀਕ ਹੈ ਜੀ ਬਾਏ ਬਾਏ